ਪੰਜਾਬ ਸਰਕਾਰ ਵੱਲੋਂ ਕੀ ਪੁਖਤਾ ਪ੍ਰਬੰਧ ਕੀਤੇ ਗਏ ਪਾਣੀ ਵਾਸਤੇ? ਕੋਈ ਅਲਾਟ ਕੀਤਾ ਗਿਆ? ਪਰ ਕੋਈ ਨਹੀਂ, ਦੇਖੋ ਬੇੜੀਆਂ ਤੱਕ ਨਹੀਂ ਮੁਹੱਈਆ ਕਰਾਈਆਂ ਗਈਆਂ ਜਿੱਥੇ ਕਿਸਾਨਾਂ ਨੂੰ ਲੋੜ ਸੀ। ਅਜੇ ਤਾਂ ਪਿਛਲਾ ਸਾਡਾ ਜਿਹੜਾ ਮੁਆਵਜ਼ਾ ਨਹੀਂ ਦਿੱਤਾ ਗਿਆ, ਆਉਣ ਵਾਲਾ ਪਾਣੀ ਫਿਰ ਸਾਡੀਆਂ ਮਾਲਕੀਆਂ ਜ਼ਮੀਨਾਂ ਦੇਤਾ, ਘਰ ਘਰ ਪਹੁੰਚਾਇਆ ਮੁਆਵਜ਼ਾ? ਬਿਲਕੁਲ ਨਹੀਂ ਜੀ, ਬਿਲਕੁਲ ਇੱਕ ਰੁਪਈਆ ਵੀ ਪੰਜਾਬ ਸਰਕਾਰ ਨੇ ਨਹੀਂ ਦਿੱਤਾ, ਇੱਕ ਰੁਪਈਆ ਵੀ। ਸੈਂਟਰ ਦਾ ਜਿਹੜਾ 6800 ਰੁਪਈਆ ਸਾਨੂੰ ਆਇਆ ਸੀਗਾ, ਤੁਸੀਂ ਤੁਹਾਨੂੰ ਮੈਂ ਸਾਰੀ ਪ੍ਰਪੋਜ਼ਲ ਬਾਰੇ ਜਾਣਕਾਰੀ ਦਿੱਤੀ ਹੈ ਵੀ ਜੋ ਕਾਨੂੰਨ ਬਣਦੇ ਆ ਸਾਰੇ ਸਾਡੇ ਕੋਲ ਹੈਗੇ ਆ, ਪੂਰੀਆਂ ਸਟੇਟਾਂ ਵਾਸਤੇ ਕਾਨੂੰਨ, ਨਾ ਕਿ ਪੰਜਾਬ ਵਾਸਤੇ। ਬਿਲਕੁਲ ਬਿਲਕੁਲ, ਉਹਦੇ ਵਿੱਚ 6800 ਰੁਪਈਆ ਆਇਆ ਸੀਗਾ, ਉਹਦੇ ਵਿੱਚੋਂ ਵੀ 25% ਲੋਕਾਂ ਦਾ ਪੈਸਾ ਗਬਨ ਕੀਤਾ ਗਿਆ। ਔਰ ਕਈਆਂ ਵਿਚਾਰੇ ਕਿਸਾਨ ਦੋ ਦੋ ਤਿੰਨ ਤਿੰਨ ਏਕੜ ਵਾਲੇ ਅੱਜ ਵੀ ਰੋਂਦੇ ਫਿਰਦੇ, ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ। ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ, ਸਾਡੇ ਜਿਹੜੇ ਕਿਸਾਨ ਵੀਰ ਨੇ ਕੱਚੀਆਂ ਜ਼ਮੀਨਾਂ ਜਿਨ੍ਹਾਂ ਦੀਆਂ ਤੋੜੀਆਂ ਗਈਆਂ ਜਾਂ ਕੱਚੀਆਂ ਕਾਸ਼ਤ ਕਰਦੇ ਨੇ, ਜਿਹੜਾ ਕਾਸ਼ਤਕਾਰ ਦਾ ਮਤਲਬ ਇਹ ਹੁੰਦਾ ਵੀ ਉਹ ਕਿਸਾਨ ਜ਼ਮੀਨ ਨੂੰ ਵਾਹੁੰਦਾ ਚਾਹੇ ਕਿਸੇ ਦੀ ਆ, ਚਾਹੇ ਤੁਸੀਂ ਠੇਕੇ ਤੇ ਲੈ ਕੇ ਜ਼ਮੀਨ ਬੀਜਦੇ ਹੋ, ਉਹਨੂੰ ਖਰਾਬੇ ਦਾ ਹੱਕਦਾਰ ਉਹ ਬੀਜਣ ਵਾਲਾ ਹੈ। ਬਿਲਕੁਲ, ਜਮ੍ਹਾਂਬੰਦੀ ਤੇ ਦੋ ਕਾਲਮ ਨੇ, ਇੱਕ ਜ਼ਮੀਨ ਮਾਲਕ ਦਾ ਤੇ ਕਾਸ਼ਤਕਾਰ ਦਾ। ਬਿਲਕੁਲ, ਜੋ ਦੋ ਕਾਲਮ ਨੇ, ਪਹਿਲੇ ਕਾਲਮ ਦੇ ਵਿੱਚ ਹੁੰਦਾ ਜੀ ਮਾਲਕ ਦਾ ਨਾਂ, ਦੂਜੇ ਦੇ ਵਿੱਚ ਕਾਸ਼ਤਕਾਰ ਦਾ ਨਾਂ। ਮੈਂ ਤਾਂ ਮੀਟਿੰਗਾਂ ਵਿੱਚ ਵੀ ਪੁੱਛਦਾ ਡੀਸੀ ਸਾਹਿਬ ਨੂੰ, ਕਈ ਮੇਰੇ ਸਵਾਲ ਦੇ ਜਵਾਬ ਨਹੀਂ ਦਿੰਦੇ, ਫਿਰ ਉਹਨਾਂ ਕੋਲ ਜਵਾਬ ਹੈ ਨਹੀਂ ਗੇ ਭਈ ਮਾਲਕੀ ਦੇ ਵਿੱਚ ਤੁਸੀਂ ਗੌਰਮੈਂਟ ਲਾ ਲਓ, ਮਾਲਕੀ ਖਾਨੇ ਵਿੱਚ ਗੌਰਮੈਂਟ ਦਾ ਨਾਂ ਲਿਖ ਦਿੰਦੇ ਅਸੀਂ, ਕੱਚੀ ਜ਼ਮੀਨ ਜਿਹਨੂੰ ਕਹਿ ਦਿੰਦੇ ਆਮ ਕਿਸਾਨ। ਤੇ ਖਾਨਾ ਕਾਸ਼ਤ ਦੇ ਵਿੱਚ ਜਿਹੜਾ ਬੰਦਾ ਕਾਸ਼ਤ ਕਿਸਾਨ ਕਰਦਾ ਉਹਦਾ ਨਾਂ ਆਉਣਾ ਚਾਹੀਦਾ। ਉੱਥੇ ਇਹਨੇ ਗੌਰਮੈਂਟ ਨੇ ਪਿਛਲੇ ਸਾਲਾਂ ਤੋਂ ਕੀ ਕੀਤਾ, ਉੱਥੇ ਖੁਦ ਕਾਸ਼ਤ ਕਰ ਦਿੱਤੀ, ਕਿਸਾਨਾਂ ਦੀ ਜਿਹੜੀ ਗਰਦਾਵਰੀ ਚੱਲਦੀ ਸੀ ਉਹ ਵੀ ਤੋੜਤੀ ਆ, ਵੀ ਕਿਸਾਨਾਂ ਨੂੰ ਮੁਆਵਜ਼ਾ ਨਾ ਦੇਣਾ ਪਵੇ। ਅੱਜ ਮੇਰੇ ਕਿਸਾਨ ਬਹੁਤ ਜ਼ਿਆਦਾ ਨੇ, ਕਿਸਾਨਾਂ ਪ੍ਰਤੀ ਮਾਰੂ ਨੀਤੀਆਂ ਕਿਉਂ ਨੇ, ਕੀ ਕਾਰਨ ਮੰਨਦੇ ਨੇ? ਇਹ ਮੈਂ ਤੇ ਸਮਝ ਨਹੀਂ ਆਉਂਦੀ ਕਿਹੜੀ ਨੀਤੀ ਨਾਲ ਸਰਕਾਰਾਂ ਅਸੀਂ ਬਣਾ ਬੈਠੇ ਆ, ਕੀ ਸਾਡੇ ਤੇ ਰਾਜ ਕਰਨੀ ਆ, ਕੀ ਕਰਨੀ ਆ। ਇਹਨਾਂ ਦੇ ਪਲਾਨ ਬੜੇ ਵੱਖਰੇ ਸੀ ਜ਼ਮੀਨਾਂ ਤੇ ਕਬਜ਼ਾ ਕਰਨ ਦੇ, ਜਦੋਂ ਕਾਲੇ ਕਾਨੂੰਨ ਆਏ, ਕਾਲੇ ਕਾਨੂੰਨ ਹੀ ਲਾ ਲਓ, ਇਹ ਜਿਹੜੇ ਕੈਪਟਨ ਸਰਕਾਰ ਦੇ ਟਾਈਮ ਤੇ ਜਿਹੜੀਆਂ ਪਹਿਲਾਂ ਜ਼ਮੀਨਾਂ ਪੱਕੀਆਂ ਕੀਤੀਆਂ ਗਈਆਂ ਬਾਦਲ ਸਾਹਿਬ ਦੇ ਟਾਈਮ ਤੇ, ਉਹਨਾਂ ਜ਼ਮੀਨਾਂ ਨੂੰ ਤੋੜਿਆ ਗਿਆ, ਤੋੜ ਕੇ ਔਰ ਸਿਰਫ ਆਰਡਰ ਹਾਈਕੋਰਟ ਦੇ ਆਰਡਰ ਸੀਗੇ ਉਹ ਤੋੜਨ ਵਾਸਤੇ ਜ਼ਮੀਨ, ਨਾ ਕਿ ਗਰਦੌਰੀ ਤੋੜਨ ਵਾਸਤੇ। ਇਹਨੇ ਸਰਕਾਰ ਨੇ ਕੀ ਕੀਤਾ, ਨਾਲ ਹੀ ਕਿਸਾਨਾਂ ਦੀ ਜਿਹੜੇ ਗਰਦੌਰੀ ਕਾਸ਼ਤ ਕਰਦੇ ਕਿਸਾਨ ਸੀ ਉਹਨਾਂ ਦੀ ਗਰਦੌਰੀ ਤੋੜ ਦਿੱਤੀ ਗਈ, ਉਹਨਾਂ ਨੂੰ ਅੱਜ 5-7 ਸਾਲ ਹੋ ਗਏ ਆ, 1 ਰੁਪਈਆ ਵੀ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਦਾ। ਦੇਖੋ ਖਰਚਾ ਕਿੰਨਾ ਆਉਂਦਾ, ਫਸਲ ਤੇ ਘੱਟੋ ਘੱਟ 20,000 ਰੁਪਈਆ ਖਰਚਾ ਆਉਂਦਾ, ਜ਼ਿਆਦਾ ਆਉਂਦਾ ਬਿਲਕੁਲ, 20,000 ਬੀਜਣ ਤੇ ਆਉਂਦਾ ਨਾ, ਜਿਹੜੀ ਖਰਾਬ ਹੋਈ ਤਾਂ ਬਹੁਤ ਜ਼ਿਆਦਾ, ਪਰ ਉਹਨਾਂ ਨੂੰ 1 ਰੁਪਈਆ ਵੀ ਨਹੀਂ, ਕਿੱਡੀ ਤਰਾਸਗੀ ਆ। ਇੱਕ ਜਿਹੜਾ ਮਿਹਨਤ ਕਰਦਾ ਬੰਦਾ ਨੂੰ ਪੈਸਾ ਹੀ ਨਾ ਮਿਲਦਾ। ਹੱਲ ਕੀ ਇਸ ਚੀਜ਼ ਦਾ ਵੀ ਆਏ ਸਾਲ ਤੁਸੀਂ ਇੱਥੇ ਸੜਕਾਂ ਤੇ ਖੜਦੇ ਹੋ, ਕਿਸਾਨ ਧਰਨਾ ਮੁਜ਼ਾਹਰਾ ਕਰਦੇ ਹੋ, ਮੌਕੇ ਦਾ ਜਿਹੜਾ ਲੀਡਰ ਆਉਂਦਾ ਉਹ ਤੁਹਾਨੂੰ ਵਿਸ਼ਵਾਸ ਦਵਾ ਕੇ ਤੁਹਾਨੂੰ ਠਾ ਕੇ ਚਲਾ ਜਾਂਦਾ, 70 ਸਾਲਾਂ ਤੋਂ ਆਪਾਂ ਸਾਰੀ ਜ਼ਿੰਦਗੀ ਇਹ ਧਰਨੇ ਹੀ ਲਾਉਣੇ, ਕੋਈ ਪੱਕਾ ਹੱਲ ਕੀ ਏ? ਪੱਕਾ ਹੱਲ ਅਸੀਂ ਅੱਜ ਦੱਸਿਆ ਜੀ, ਪਹਿਲਾਂ ਵੀ ਬਹੁਤ ਪਿੱਟਣੇ ਪਿੱਟੇ ਸਰਕਾਰਾਂ ਅੱਗੇ ਵੀ ਐਂ ਕਰੋ, ਜੇ ਕਿਸਾਨਾਂ ਦੀਆਂ ਮਾਲਕੀਆਂ ਜ਼ਮੀਨਾਂ ਨੇ ਨਾ ਜਾਂ ਕਾਸ਼ਤਕਾਰਾਂ ਦੀਆਂ ਜ਼ਮੀਨਾਂ ਨੇ, ਉਹਨਾਂ ਨੂੰ ਤੁਸੀਂ ਜਿੰਨੇ ਦੇ ਵਿੱਚ ਦੇਖੋ, ਹੁਣ ਹੈੜ ਵੱਜਾ ਕੋਈ 10 ਕਿੱਲਿਆਂ ਦੇ ਵਿੱਚ ਹੈੜ ਆ, 10 ਕੁ ਕਿੱਲੇ ਮਹਾਂ ਗੋਂਦਵਾਲਾ ਸਾਹਿਬ ਵੀ ਇੰਨੇ ਕੁ ਚ ਆ, ਜੇ ਪੁਲਾਂ ਵਿੱਚ ਦੀ ਪਾਣੀ ਕ੍ਰੋਸ ਹੋ ਸਕਦਾ ਹੈ ਤੇ ਕਿਉਂ ਨਹੀਂ ਇਹ ਜ਼ਮੀਨ ਖਰੀਦ ਕੇ ਆਪਦੀ ਨਹਿਰੀ ਰੂਪ ਕਰ ਦਿੰਦੇ, ਕਿਸਾਨਾਂ ਨੂੰ ਪੱਕੇ ਤੌਰ ਤੇ ਪਾਣੀ ਤੋਂ ਨਿਆਇਤੀ ਦਵਾਈ ਜਾਵੇ ਉੱਥੇ, ਔਰ ਜਿੱਥੇ ਨਹਿਰ ਬਣਾਉਣਗੇ ਮਾਲਵੇ ਦੇ ਵਿੱਚ ਪਾਣੀ ਦੇਣਾ ਉਹਨਾਂ ਨੂੰ, ਪਾਣੀ ਤੇ ਕੰਟਰੋਲ ਕਰਕੇ ਨਹਿਰਾਂ ਕੱਢਣ, ਮਾਲਵੇ ਨੂੰ ਕੱਢਣ, ਦੁਆਬੇ ਨੂੰ ਕੱਢਣ, ਜਾਂ ਫਿਰ ਗੋਂਦਵਾਲ ਤੋਂ ਅੰਮ੍ਰਿਤਸਰ ਸਾਹਿਬ ਨੂੰ ਕੱਢਣ, ਮਾਝੇ ਨੂੰ ਕੱਢ ਦੇਣ, ਸਾਰਾ ਪਾਣੀ ਜਿਹੜਾ ਕਿਸਾਨਾਂ ਨੂੰ ਆ ਉਹ ਨਹਿਰੀ ਦਿੱਤਾ ਜਾਵੇ। ਇੱਕ ਤਾਂ ਆਪਣੇ ਜਿਹੜਾ ਧਰਤੀ ਦਾ ਪਾਣੀ ਜਿਹੜਾ ਆਉਣ ਵਾਲੇ 20 ਸਾਲਾਂ ਦੇ ਵਿੱਚ ਖਤਮ ਹੋਣ ਜਾ ਰਿਹਾ, ਮਾਲਵੇ ਮਾਝੇ ਦੁਆਬੇ ਵਿੱਚ ਉਹ ਬਚ ਸਕਦਾ ਹੈ। ਸਰਦਾਰ ਸਾਹਿਬ ਤੁਸੀਂ ਕਿਹਾ ਵੀ ਸਾਡੀ ਮਾਲਕੇ ਪਾਣੀ ਚੱਲਦਾ ਹੈ,
ਇੱਕ ਸਵਾਲ ਖੜਾ ਹੁੰਦਾ, ਦਰਿਆ ਦੀ ਆਪਣੀ ਮਾਲਕੀ ਕਿੱਥੇ ਹੈ? ਹੀ ਨਹੀਂ ਜੀ, ਮਾਲਕੀ ਇਹ ਦਰਅਸਲ ਪਹਿਲਾਂ ਜਿਹੜੇ ਰਾਜ ਸੀ ਦਰਿਆ ਜਿੱਥੋਂ ਚੱਲਿਆ ਬਠਿੰਡੇ ਤੋਂ ਚੱਲਦਾ ਆ ਚੱਲਦਾ ਆ, ਕਦੇ ਮੁਦਕੀ ਕਦੇ ਕਿਤੇ ਕਦੇ ਕਿਤੇ ਕਦੇ ਮੁਕਤਸਰ, ਇੱਥੇ ਆਣ ਕੇ ਕੀ ਕੀਤਾ ਵੀ ਸਰਕਾਰ ਨੇ ਇੱਕ ਪ੍ਰਪੋਜ਼ਲ ਤਿਆਰ ਕੀਤੀ ਆ। 1952 ਦੇ ਵਿੱਚ ਹੈਡ ਦਾ ਨਿਰਮਾਣ ਕੀਤਾ ਗਿਆ ਔਰ ਰਾਜਸਥਾਨ ਨੂੰ ਪਾਣੀ ਦੇਣਾ ਸੀ। ਦੇਖੋ ਇੱਕ ਦਰਿਆ ਸਾਡਾ ਪੰਜਾਬ ਨੂੰ ਬਰਬਾਦ ਕਰਕੇ ਪਾਣੀ ਦੇ ਜਿਹੜੇ ਗੱਫੇ ਨੇ ਰਾਜਸਥਾਨ ਨੂੰ ਦਿੱਤੇ ਜਾ ਰਹੇ, ਨਾ ਤਾਂ ਸਾਨੂੰ ਇੱਕ ਰੁਪਇਆ ਰੈਵਨਿਊ ਆਉਂਦਾ ਇਸ ਪਾਣੀ ਦਾ, ਇੱਕ ਰੁਪਇਆ ਰੈਵਨਿਊ ਅੱਜ ਤੱਕ ਨਹੀਂ ਆਇਆ। ਦੇਖੋ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇ ਕੇ ਪੰਜਾਬ ਨੂੰ ਮਾਰੂਥਲ ਬਣਾਉਣ ਦੀਆਂ ਨੀਤੀਆਂ ਨੇ। ਤੁਸੀਂ ਦੱਸੋ 1947 ਤੋਂ ਬਾਅਦ ਆ ਜਿਹੜਾ ਜਿੱਥੇ ਆਪਾਂ ਖੜੇ ਹੋਏ ਹਾਂ ਹੈਡ ਤੋਂ ਬਾਅਦ ਕਿਹੜਾ ਸਰਕਾਰ ਨੇ ਪਾਣੀ ਬਦਲੇ ਜਿਹੜਾ ਇੰਨੇ ਵੱਡੇ ਰੌਲਾ ਪਾਈ ਗਿਆ, ਪਾਣੀ ਅੱਜ ਕਹਿਣ ਦੇ ਮੁੱਕ ਜਾਣਾ, ਪਾਣੀ ਜਾਂ ਦੁਸ਼ਟ ਹੋ ਗਿਆ, ਇਹ ਕੀ ਕੀਤਾ ਕੀ ਇਹਨਾਂ ਤੇ? ਇੱਕ ਵੀ ਮੈਨੂੰ ਇਹਨਾਂ ਦੀ ਸਕੀਮ, ਇੱਕ ਨਵੀਂ ਨਹਿਰ ਹੋਰ ਖੁਦਾਈ ਚੱਲ ਰਹੀ ਹੈ ਰਾਜਸਥਾਨ ਨੂੰ ਜਾਣ ਵਾਸਤੇ, ਵੇਖੋ ਜੀ ਤੁਹਾਡੇ ਕੋਲ ਆਇਆ ਕਿ ਨਹੀਂ? ਮੈਨੂੰ ਜਾਣਕਾਰੀ ਹੈਗੀ ਹੈ ਜੀ, ਮਾਲਵਾ ਨਹਿਰ ਨੂੰ ਕਹਿੰਦੇ ਆ, ਪਰ ਇਹ ਪਤਾ ਨਹੀਂ ਇਹ ਗੱਲਾਂ ਦੇ ਕੜਾਹ ਨੇ ਜਾਂ ਮੁੱਖ ਮੰਤਰੀ ਤੇ ਕਿਵੇਂ ਵਿਸ਼ਵਾਸ ਕਰੀਏ। ਉਹ ਸਾਨੂੰ ਕਹਿੰਦੇ ਸੀ ਕਿ ਤੁਹਾਨੂੰ 20,000 ਰੁਪਇਆ ਬਿਨਾਂ ਗਰਦੌਰੀ ਤੋਂ ਦੇਵਾਂਗੇ। ਉਹ ਸਾਡਾ ਜਿਹੜਾ ਪਹਿਲਾਂ 12,000-13,000 ਮਿਲਦਾ ਸੀ, ਪਹਿਲੀਆਂ ਸਰਕਾਰਾਂ ਦਿੰਦੀਆਂ ਸੀ, ਹੱਥ ਰੂ ਪੂੰਜਦੀਆਂ ਸੀ, ਉਹ ਵੀ ਨਹੀਂ ਪੂੰਜੇ ਗਏ।